ਸਤਿਕਾਰ ਦੋਸਤੋ ਅੱਜ ਹੈ ਵਰਲਡ ਮੋਟਰਸਾਈਕਲ ਡੇ 21st ਆਫ ਜੂਨ ਜਿਹੜਾ ਸਭ ਤੋਂ ਵੱਡਾ ਦਿਨ ਹੁੰਦਾ ਹੈ ਅੱਜ ਵਿਸ਼ਵ ਮੋਟਰਸਾਈਕਲ ਦਿਵਸ ਹੈਗਾ ਤੇ ਅੱਜ ਆਪਾਂ ਰਾਈਡ ਕਰਨ ਜਾ ਰਹੇ ਹੈਗੇ ਆ ਵਿਸ਼ਵ ਮੋਟਰਸਾਈਕਲ ਦਿਵਸ ਦੇ ਉੱਤੇ ਵਿਸ਼ੇਸ਼ ਤੇ ਪੰਜਾਬੀ ਐਡਵੈਂਚਰਸ ਕਲੱਬ ਅਤੇ ਕ੍ਰਿਸ਼ਨਾ ਆਟੋਮੋਬਾਈਲ ਹੁੰਦਾ ਸਾਂਝੇ ਰੂਪ ਦੇ ਵਿੱਚ ਇਹ ਰਾਈਡ ਪਲੈਨ ਕੀਤੀ ਗਈ ਹੈਗੀ ਹੈ ਤੇ ਹੁਣ ਜਿਹੜਾ ਹੈਗਾ ਆਪਾਂ ਥੋੜ੍ਹੀ ਦੇਰ ਦੇ ਵਿੱਚ ਰਾਈਡ ਲਈ ਨਿਕਲਾਂਗੇ ਜੁੜੇ ਰਹੋ ਨਾਲ ਦੇਖਦੇ ਰਹੋ ਵੀਡੀਓ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੈਗੇ ਹੋ ਔਰ ਅੱਜ ਜਿਹੜਾ ਹੈਗਾ ਵਰਲਡ ਮੋਟਰਸਾਈਕਲ ਡੇ ਹੈ ਇਹਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਔਰ ਤਾੜੀ ਮਾਰ ਦਿਓ ਅੱਜ ਦੇ ਦਿਨ ਲਈ ਪਹਿਲਾਂ ਜਿਹੜੀ ਇੱਕ ਹੈਗੀ ਵੱਡੀ ਅਨਾਊਂਸਮੈਂਟ ਜਿਹਦੀ ਸਾਡੇ ਮੰਨਦਾ ਕਿ ਸਾਰਿਆਂ ਨੂੰ ਉਡੀਕ ਹੋਏਗੀ ਅਨਾਊਂਸਮੈਂਟ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਪਿਛਲਾ ਜਿਹੜਾ PHRM ਸੀਗਾ ਉਹ ਸਾਰਿਆਂ ਨੇ ਇੰਜੋਏ ਕੀਤਾ ਕਿ ਨਹੀਂ ਕੀਤਾ ਜਿਹਨਾਂ ਨੇ ਇੰਜੋਏ ਕੀਤਾ ਨੈਕਸਟ ਜਿਹੜਾ ਆਪਣਾ PHRM 2023 ਹੋਣ ਜਾ ਰਿਹਾ ਹੈ 15, 16, 17 ਦਸੰਬਰ ਠੀਕ ਹੈ ਜੀ 15, 16, 17 ਕਰ ਲਓ ਆਪਣੇ ਕੋਲ ਇਹ ਜਿਹੜੇ ਹੈਗੇ ਆ ਆਪਣਾ ਵੈਨਿਊ ਸੇਮ ਰਹੇਗਾ ਅਤੇ ਉਮੀਦ ਹੈ ਪਿਛਲੀ ਵਾਰ ਦੇ ਨਾਲੋਂ ਵੀ ਆਪਾਂ ਵਧੀਆ ਜਿਹੜਾ ਹੈਗਾ ਇੰਜੋਏ ਕਰਾਂਗੇ ਜੋ ਆਪਣੇ ਕੋਈ ਕਮੀਆਂ ਤੁਸੀਂ ਆਪਣੇ ਲੱਗੀਆਂ ਪਿਛਲੀ ਵਾਰ ਉਹ ਆਪਾਂ ਇੱਕ ਵਾਰ ਪੂਰੀਆਂ ਕਰਾਂਗੇ ਅਤੇ ਵੈਸੇ ਬੰਦਾ ਜਿਹੜਾ ਹੈਗਾ ਗਲਤੀਆਂ ਦਾ ਪੁੱਤਲਾ ਗਲਤੀਆਂ ਕਰ ਕਰਕੇ ਸਿੱਖਦਾ ਔਰ ਮੇਰੇ ਵਰਗਾ ਅਣਜਾਣ ਬੰਦਾ ਹੱਦ ਤੋਂ ਜ਼ਿਆਦਾ ਗਲਤੀ ਕਰ ਜਾਂਦਾ ਅਤੇ ਪਰ ਕੋਸ਼ਿਸ਼ ਕਰਾਂਗੇ ਕਿ ਗਲਤੀਆਂ ਘੱਟ ਤੋਂ ਘੱਟ ਹੋਣ ਅਤੇ ਗਲਤੀਆਂ ਕਰਾਂਗੇ ਪਰ ਨਵੀਆਂ ਕਰਾਂਗੇ ਜਿਹੜੀਆਂ ਪਿਛਲੀ ਵਾਰ ਹੋਈਆਂ ਉਹ ਨਹੀਂ ਕਰਾਂਗੇ ਠੀਕ ਹੈ 15, 16, 17 ਦਸੰਬਰ 2023 PHRM 2023 ਆਪਾਂ ਕਰਨ ਜਾ ਰਹੇ ਹਾਂ ਅਤੇ ਸਾਰੇ ਰਾਈਡਰ ਸਾਥੀਆਂ ਨੂੰ ਜਿਹੜੇ ਦੋਸਤ ਵੀਡੀਓ ਬਣਾ ਰਹੇ ਨੇ ਤਾਂ ਤੁਹਾਡੇ ਜ਼ਰੀਏ ਮੈਂ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਔਰ ਇਨਵਾਈਟ ਵੀ ਦੇਣਾ ਚਾਹੁੰਦਾ ਕਿ ਜਿੰਨੇ ਵੀ ਸਾਥੀ ਰਾਈਡਰ ਨੇਗੇ ਪੂਰੇ ਇੰਡੀਆ ਦੇ ਵਿੱਚੋਂ ਉਹ ਪੰਜਾਬ ਹੈਰੀਟੇਜ ਰਾਈਡਰ ਮੀਟ 2023 ਦੇ ਵਿੱਚ ਜ਼ਰੂਰ ਸ਼ਾਮਿਲ ਹੋਣ ਜੋ 15, 16, 17 ਦਸੰਬਰ ਨੂੰ ਆਪਾਂ ਕਰਾਉਣ ਜਾ ਰਹੇ ਹਾਂ ਤਾਂ ਇਹਦਾ ਪਰਪਸ ਜਿਹੜਾ ਹੈਗਾ ਸਾਡਾ ਭਾਈਚਾਰਾ ਵਧਾਉਣਾ ਬਾਈਕਰ ਬਦਰਹੁੱਡ ਇਹਨੂੰ ਜਿਹੜਾ ਹੈਗਾ ਅੱਗੇ ਤੱਕ ਲੈ ਕੇ ਜਾਣਾ ਤਾਂ ਕਿਤੇ ਵੀ ਜਾਓ ਤੁਹਾਨੂੰ ਹਰ ਜਗ੍ਹਾ 'ਤੇ ਤੁਹਾਡਾ ਬਾਈਕਰ ਸਾਥੀ ਮਿਲੇ ਅਤੇ ਬੜੀ ਮੌਤ ਦੀ ਸਪੋਰਟ ਮਿਲਦੀ ਹੈ ਇਸ ਕਰਕੇ ਤੁਸੀਂ ਵੀ ਆਪਣੇ ਜਿੰਨੇ ਆਪਾਂ ਰਾਈਡਰ ਸਾਥੀ ਹੈਗੇ ਹਾਂ ਜਾਂ ਜਿੰਨੇ ਵੀਡੀਓ ਦੇਖ ਰਹੇ ਹੈਗੇ ਹੋ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਨਿੱਜੀ ਤੌਰ 'ਤੇ ਰਿਕੁਐਸਟ ਕਰਦਾ ਕਿ ਤੁਸੀਂ ਆਪਣੇ ਸੰਪਰਕ ਦੇ ਵਿੱਚ ਜਿੰਨੇ ਵੀ ਰਾਈਡਰ ਹੈਗੇ ਨੇ ਉਹਨਾਂ ਨੂੰ ਇੱਥੇ ਬੁਲਾਓ ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਦੇਈਏ ਔਰ ਜਿਹੜਾ ਹੈਗਾ ਬੜਾ ਇੰਟਰਟੇਨਮੈਂਟ ਵਾਲਾ ਜਿਹੜਾ ਹੈਗਾ ਇਹ ਹੋਣ ਵਾਲਾ ਹੈਗਾ ਆਫ ਰੋਡਿੰਗ ਵੀ ਰਹੇਗੀ ਆਪਣੇ ਜਿਹੜੇ ਪੰਜਾਬ ਹੈਰੀਟੇਜ ਰਾਈਡਰਸ ਮੀਟ ਹੈ PHRM ਹੈਗੀ ਹੈ ਇਹਦੀ ਖਾਸੀਅਤ ਇਹੀ ਹੈਗੀ ਹੈ ਕਿ ਇੱਥੇ ਆਪਾਂ ਆਫ ਰੋਡਿੰਗ ਵੀ ਕਰ ਸਕਦੇ ਹੈਗੇ ਹਾਂ ਦੂਸਰੀ ਜਗ੍ਹਾ 'ਤੇ ਜਿੱਥੇ ਵੀ ਰਾਈਡਰ ਮੀਟ ਹੁੰਦੀਆਂ ਨੇ ਉੱਥੇ ਆਫ ਰੋਡਿੰਗ ਦੀ ਆਪਸ਼ਨ ਨਹੀਂ ਹੁੰਦੀ ਜਾਂ ਜਿੱਥੇ ਹੁੰਦਾ ਤਾਂ ਉਹ ਆਰਟੀਫਿਸ਼ਲ ਬਣਾਇਆ ਹੁੰਦਾ ਪਰ ਆਪਣਾ ਜਿਹੜਾ ਹੈਗਾ ਇਹ ਨੈਚੁਰਲ ਜਿਹੜਾ ਹੈਗਾ ਉਹ ਆਫ ਰੋਡਿੰਗ ਆਪਾਂ ਕਰ ਸਕਾਂਗੇ ਨੈਚੁਰਲ ਡੈਜ਼ਰਟ ਆਪਣੇ ਕੋਲ ਹੈਗਾ ਤਾਂ ਜਿੰਨੀ ਦੇਰ ਆਪਣੇ ਕੋਲ ਡੈਜ਼ਰਟ ਹੈਗਾ ਉਹਦਾ ਆਪਾਂ ਆਨੰਦ ਮਾਣੀਏ ਅਤੇ ਦੋਸਤੋ ਤਾਂ ਤੁਹਾਨੂੰ ਸਾਰਿਆਂ ਨੂੰ PHRM 2023 ਦੇ ਲਈ ਅੱਜ ਤੋਂ ਹੀ ਸਾਰਿਆਂ ਨੂੰ ਸੱਦਾ ਹੈ ਔਰ ਤੁਸੀਂ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਅੱਜ ਤੋਂ ਜੁੱਟ ਜਾਓਗੇ ਅਤੇ ਤੁਸੀਂ ਤਾਂ ਸਾਰੇ ਤਿਆਰ ਹੋ ਨਾਲ ਜਿਹੜੇ ਦੋ ਸਾਥੀ ਆਪਣੇ ਸੰਪਰਕ ਨੇ ਉਹਨਾਂ ਨੂੰ ਇਨਵਾਈਟ ਕਰਾਂਗੇ ਜਿੰਨੇ ਸਾਥੀ ਆਏ ਨੇ ਮੈਂ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਔਰ ਸਾਜਿਦ ਸਰ ਨੇ ਸਾਡੇ ਰੋਇਲ ਫੀਲਡ ਦੇ ਨਵੇਂ ਏਰੀਆ ਇੰਚਾਰਜ ਨੇ ਜਿੰਨਾ ਵੀ ਆਪਣਾ ਸਾਰਾ ਸਾਊਥ ਪੰਜਾਬ ਦਾ ਏਰੀਆ ਬਠਿੰਡਾ ਫਾਜ਼ਿਲਕਾ ਬੋਹਰ ਦੈਨ ਮਾਨਸਾ ਮੁਕਤਸਰ ਤਾਂ ਸਾਜਿਦ ਸਰ ਉਹ ਲੁੱਕ ਆਫਟਰ ਕਰਦੇ ਨੇ ਤਾਂ ਕੋਈ ਵੀ ਰੋਇਲ ਫੀਲਡ ਦੀ ਜੋ ਵੀ ਹੈ ਸਾਰੀ ਸਰਕੁਲ ਹੀ ਦੇਖ ਕੇ ਵੈਲਕਮ ਜੀ ਸਾਜਿਦ ਜੀ ਥੈਂਕ ਯੂ ਸੋ ਥੈਂਕ ਯੂ ਸੋ ਮਚ ਆਲ ਆਫ ਯੂ ਫੋਰ ਗੈਦਰਿੰਗ ਹੀ ਹੈ ਦਿਲ ਸੇ ਸ਼ੁਕਰੀਆ ਕਿ ਆਪ ਹਾਰੀ ਦਾ ਇੱਕ ਹਿੱਸਾ ਹੋ ਹਮਾਰੇ ਸਾਥ ਮੇ ਔਰ ਹਮਨੇ ਜੋ ਵੀ ਇੱਕ ਰੂਟ ਤਿਆਰ ਕੀਆ ਜੋ ਇੱਕ ਮੈਪ ਤਿਆਰ ਕੀਆ ਜਿਸ ਪੇ ਹਮੇ ਚੱਲਣਾ ਹੈ ਆਪ ਗਾਈਡ ਕਰਨੀ ਹੈ ਤੋ ਉਸਕੋ ਫੋਲੋ ਕਰੇਂਗੇ ਔਰ ਇਸ ਪੀਸ ਕੀ ਰਾਈਟ ਮੈਸੇਜ ਬਣਾਏਗੀ ਜੈਸੇ ਕਿ ਤੁਸੀਂ ਬਤਾਇਆ ਕਿ ਵਰਲਡ ਮੋਸਟ ਮੋਟਰਸਾਈਕਲ ਡੇ ਮਨਾ ਰਹੇ ਹੈ ਤੋ ਵੀ ਸਭ ਤੋਂ ਸ਼ੁਕਰੀਆ ਸਦੀ ਕਰਨੇ ਕੇ ਲਈ ਇੱਕ ਵਾਰ ਤੁਮ ਕੇ ਲਈ ਜ਼ੋਰਦਾਰ ਤਾਲੀਆਂ ਚਲੋ ਦੋਸਤੋ ਇੱਕ ਸਾਜਿਦ ਦੇ ਕੋਲੇ ਖੜ੍ਹੇ ਨੇ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਦੋਂ ਆਪਾਂ
बात निकली है तो दूर तल के जाएगी। ठीक है, शुरुआत की थी तो अब साजन जी भी अपने नाल शामिल होए ने। ये थोड़े सारे जोड़ा है मतलब मिलवर्तन का ये कारण है, उस कारण ही संभव हो पाया तो ये तो बिना संभव नहीं हो पाना सीगा। तो वेलकम और अज का मैं थोड़ा रूट बारे दस देव। एक तो यह है दोस्तों के बठिंडा के एस एस पी सरदार गुरमीत सिंह जी खराणा वो अपने नाल शामिल होंगे, वो रास्ते के मिलने तो अपने नाल आएंगे। पर मैं वैसे ट्राई करता कि आप इतने ही बुला लीए रास्ते कई बार आप दुबे हो जाए तो मैसेज गलत ना चला जाए आप इतने मैं उन्होंने कहना इतने आओ। वैसे उन्होंने कहा कि मैं थोड़ा राइड करूँगा। तो अज का जोड़ा रूट है वो अच्छों निकल के आई टी चौंक तो आप डबल रोड होते हुए रिंग रोड जावे, रिंग रोड तो मलोट रोड, मलोट रोड तो कन्हैया चौंक तो अपनी वापसी होएगी और जी टी रोड तो आप आवेंगे। तो सारे एक बार फिर जी हर बार मैं बेनती करता कि वो जरूर आप नियमों का पालन करिए। कोई भी साथी बिना हेलमेट तो ना हो और बूट पाए ना हो और सारे जो जो है आप लाइट ला के आवेंगे तो वह मैसेज जोड़ा है चंगा जाऊगा। तो मैंने पता लगे जी कई बार चंगी गल चंकी नहीं लगती पर बहुत ज़्यादा चंकी ना लगे पर जी गल सही है वो तो सही है आपको ये करना चाहिए। क्योंकि जो आनंद लैन का बहुत बड़े मौके होंगे ना जो आप इकट्ठे जाने ना वो थोड़ा जहा ऑर्गनाइज बेस अपने करना चाहिए तो जाब से करना ज़्यादा वधिया लगता है क्योंकि सारे मच्योर बंदे हाँ वैसे भी अपना चंगे लगते तो क्योंकि जूथ में आप मोटीवेट करना है जूथ में आप ट्रैफिक नियमों का पालन करना सिखा और एक और सारू सारों आप वैसे अपने किसी को मन लगता है कि बुलट के पटाके तो नहीं बजते होने आप मेरी पिछले दिन मीटिंग हुई थी ट्रैफिक इंचार्ज के उन्होंने भी गल हुई थी। तो अपना एक स्टिकर जोड़ा है पंजाबी एडवेंचर का ट्रैफिक पुलिस को समझे उस अपने सारे जिन्हें बाइक्स है उन्होंने उत्तर निकालता जाऊगा तो उन्होंने वैसे भी रियायत रहूगी। पर मैं उन्होंने एक गल कही है भी जे कोई साडा बंदा पटाके पाँदा वो जो है डाउनलोड राइड की तैयारी हैगी निकल लगे हैं।
आज वर्ल्ड मोटरसाइकिल डे ते पंजाबी एडवेंचर्स क्लब ते कृष्णा ऑटोमोबाइल्स वालों जिहड़ी है मोटरसाइकिल रैली कढ़ी गई सी लोगों नूं मैसेज करन वास्ते यूथ नूं इनकरेज करन वास्ते कि कोई ना कोई वो अपने नाल जिहड़ा हैगा कोई एडवेंचर एक्टिविटीज़ अपने नाल एसोसीएट करके रखन। इत्थे आके मैनूं पता लगा कि यह जिहड़ा क्लब हैगा इहदे विच काफ़ी मैंबरस हैगे ने मतलब 150 तो वध मैंबर हैगे ने और लगातार तुसीं ना कोई मंथली या ईयरली एक्टिविटीज़ करते रहने हो। सिंगापुर तक भी यह ग्रुप जा करके आया होया है तो मैं कहूँगा कि जो होर भी यूथ है वो ये जुड़न और अपने आप को एक्टिव तो जोड़ा है स्पोर्ट्स के नाल जोड़ करके रख। एक सर जो अपने पटाकों की भी चर्चा चल रही है काफ़ी वो बारे भी मैसेज दे सर। देखो जी पटाके वाला जो मोटरसाइकिल है चलाना बिल्कुल गैरकानूनी हैगा ये रिगार्डिंग टाइम टू टाइम आप गाइडलाइनस भी करते रहने हैं तो कार्रवाइया भी करते हैं और मैं यह चंगा लग्या कि जोड़ा अपना यह क्लब हैगा है यह क्लब इस चीज़ को पूरी तरीके मानता देता है कि यहोजे पटाके आप नहीं चलाने चाहिए अपने बुलट के उत्ते और सारे जोड़े ट्रैफिक के रूल्स है जिमें कि हैलमेट लगाना है बाकी सारे पेपर्स वगैरह रेडी रखने हैं इनू फॉलो करते हैं। थैंक यू।